ਨਸ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਮਾਨਸਾ CIA ਸਟਾਫ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਦਰਜ ਕੀਤੀ ਹੈ। ਪੁਲਿਸ ਨੇ ਇਸ ਸੰਬੰਧ ਵਿੱਚ ਅਫੀਮ ਸਮੇਤ ਨਗਰ ਕੌਂਸਲ ਭਦੌੜ ਦੇ ਵਾਈਸ ਪ੍ਰਧਾਨ ਨੂੰ ਕਾਬੂ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਆਰੋਪੀ ਮੱਧ ਪ੍ਰਦੇਸ਼ ਤੋਂ ਅਫੀਮ ਲਿਆ ਕੇ ਪੰਜਾਬ ਵਿੱਚ ਵੇਚਦੇ ਸਨ। ਇਹ ਕਰੀਬ 2.5-3 ਮਹੀਨਿਆਂ ਤੋਂ ਇਹਦਾ ਇਹ ਜਿਹੜਾ ਹੈਗਾ ਕੰਮ ਕਰ ਰਹੇ ਹੈ। ਇਹ ਆਪਣੇ ਏਰੀਏ ਦੇ ਵਿੱਚ ਲੁਧਿਆਣਾ ਅਤੇ ਫਾਜ਼ਿਲਕਾ ਏਰੀਏ ਦੇ ਵਿੱਚ ਜਿਹੜਾ ਇਹ ਅੱਗੇ ਸਪਲਾਈ ਕਰ ਰਿਹਾ। ਰਾਜ ਦੇ ਖਿਲਾਫ਼ ਜਿਹੜੀ 3 ਜਾਂ 4 ਪਰਚੇ ਪਹਿਲਾਂ ਹੈਗੇ ਆ, ਉਹਦੇ 'ਚ ਇੱਕ ਅਫੀਮ ਦਾ ਪਰਚਾ ਵੀ ਦਰਜ ਹੈਗਾ ਥਾਣੇ ਭੱਟੇ ਦੇ ਵਿੱਚ, ਜਿਹੜਾ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਨਰਨਿਰਮਾਣ ਹਾਸਲ ਕੀਤਾ ਜਾਊਗਾ। ਇਹਨਾਂ ਦਾ ਜਿਹੜਾ ਅਗਲਾ ਨੈੱਟਵਰਕ ਹੈ, ਸਪਲਾਈ ਦਾ ਨੈੱਟਵਰਕ ਔਰ ਪਿਛਲਾ ਨੈੱਟਵਰਕ ਹੈ, ਉਹਨੂੰ ਕਲੀਅਰ ਕਰਕੇ ਜਿਹੜੇ ਸਪਲਾਈ ਲਾਈਨ ਤੋੜੀ ਹੈ। ਮਾਨਸਾ ਤੋਂ ਜਗਦੀਸ਼ ਬਾਂਸਲ ਦੀ ਰਿਪੋਰਟ, ਚੈਨਲ 2।